ਕਿਸਾਨਾਂ ਨੇ ਕੇਂਦਰ ਦੇ ਖਿਲਾਫ ਮੋਰਚਾ ਖੁੱਲਿਆ ਸ਼ੰਭੂ ਬਾਰਡਰ ਤੇ ਬੈਠਿਆ ਨੂੰ 6 ਦਿਨ ਬੀਤ ਗਏ ਨੇ ਤੇ ਅੱਜ 6ਵੀਂ ਰਾਤ ਹੈ ਆਖਿਰ ਸ਼ੰਭੂ ਬਾਰਡਰ ਦੀ ਤਸਵੀਰ ਕੀ ਹੈ ਆਖਿਰ ਕਦੋਂ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਲਗਾਤਾਰ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਆ ਇਹਦਾ ਹੱਲ ਕੱਢਿਆ ਜਾਵੇਗਾ ਪਰ ਉਨੀ ਦੇਰ ਤੱਕ ਇੱਕ ਕਿਸਾਨ ਸੜਕਾਂ ਤੇ ਨੇ ਇਹ ਰਾਤ ਦੀ ਤਸਵੀਰ ਸ਼ੰਭੂ ਬਾਰਡਰ ਤੇ ਰਾਤ ਦੀ ਤਸਵੀਰ ਟਰਾਲੀਆਂ ਚ ਕਿਸਾਨ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਕਿਵੇਂ ਇਹੀ ਟਰਾਲੀਆਂ ਇਹੀ ਸੜਕਾਂ ਇਨ੍ਹਾਂ ਕਿਸਾਨਾਂ ਦਾ ਘਰ ਬਣ ਗਈਆਂ ਨੇ ਇਹ ਤਸਵੀਰਾਂ ਇਸ ਤੋਂ ਪਹਿਲਾਂ ਜਦੋਂ ਅੰਦੋਲਨ ਹੋਇਆ ਸੀ ਤਾਂ ਸਾਲ ਤੋਂ ਵੱਧ ਸਮਾਂ ਇਨ੍ਹਾਂ ਕਿਸਾਨਾਂ ਨੇ ਇਸੇ ਤਰ੍ਹਾਂ ਸੜਕਾਂ ਤੇ ਬਤਾਇਆ ਗੱਲ ਇੰਨੀ ਕਹ ਕਿ ਉਦੋਂ ਸਿੰਘੂ ਬਾਰਡਰ ਸੀ ਤੇ ਹੁਣ ਸ਼ੰਭੂ ਬਾਰਡਰ ਹੈ ਤਸਵੀਰਾਂ ਇਨ੍ਹਾਂ ਟਰਾਲੀਆਂ ਦੀਆਂ ਇਹ ਟਰਾਲੀਆਂ ਨਹੀਂ ਇਹ ਘਰ ਨੇ ਇਨ੍ਹਾਂ ਕਿਸਾਨਾਂ ਦੇ ਜਿਹੜੇ ਇੱਥੇ ਆਪਣੀਆਂ ਰਾਤਾਂ ਬਤਾ ਰਹੇ ਨੇ ਤਰਪਾਲਾਂ ਦੀਆਂ ਛੱਤਾਂ ਨੇ ਤੇ ਤਰਪਾਲਾਂ ਦੇ ਦਰਵਾਜ਼ੇ ਨੇ ਇਹ ਤਸਵੀਰ ਤੁਹਾਡੇ ਸਾਹਮਣੇ ਕਿਉਂਕਿ ਠੰਡ ਹੈ ਤਾਂ ਠੰਡ ਨੂੰ ਰੋਕਣ ਦੇ ਲਈ ਇਹ ਤਰਪਾਲ ਦਾ ਦਰਵਾਜ਼ਾ ਲਾਇਆ ਤਾਂ ਵੀਰ ਹੁਣੀ ਤੁਹਾਡੇ ਸਾਹਮਣੇ ਅੰਦਰ ਨਜ਼ਰ ਆ ਰਹੇ ਨੇ ਅੰਦਰ ਬੈਠੇ ਨੇ ਕਿਸਾਨ ਇਸੇ ਤਰ੍ਹਾਂ ਇੱਧਰ ਥੋੜਾ ਜਿਹਾ ਬਾਹਰ ਖੋਲਿਆ ਬਾਪੂ ਜੀ ਨੇ ਸੰਗਤ ਹੋਰ ਵੀ ਹੁਣੀ ਜੰਦਰ ਬਹੁਤ ਬਹੁਤ ਜੀ ਇੱਥੇ ਨਾਲ ਰੈਸਟ ਕਰ ਰਹੇ ਆ ਮੈਂ ਤਰਨਤਾਰਨ ਜਿਲ੍ਹੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡ ਅਸੀਂ ਇੱਥੇ ਰੁਕੇ ਆ ਜੋ ਇੱਥੇ ਆਪਣੇ ਖੱਟਰ ਸਾਹਿਬ ਕਰਨ ਦੇ ਮੋਦੀ ਸਾਹਿਬ ਕਰਨ ਦੇ ਬਹੁਤ ਗਲਤ ਕਰਨ ਦੇ ਆ ਅੱਛਾ ਆ ਬੜਾ ਬਾਰ ਪੂਰਾ ਖੋਲ ਕੇ ਵਿਖਾ ਦਿਓ ਅੰਦਰ ਸੰਗਤ ਜਿਹੜੀ ਆਪਣੀ ਬੈਠੀ ਆ ਹੋਰ ਵੀ ਸੰਗਤ ਬੈਠੀ ਹੋਣੀ ਆ ਤਾਂ ਇਹ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਪੱਲੀਆਂ ਦੇ ਦਰਵਾਜ਼ੇ ਨੇ ਪੱਲੀਆਂ ਦੇ 바ਰ ਨੇ ਅੰਦਰ ਅੰਦਰ ਹੋਰ ਵੀ ਜਿਹੜੇ ਬਜ਼ੁਰਗ ਕਿਸਾਨ ਨੇ ਉਹ ਮੌਜੂਦ ਨੇ ਆਪਣੀ ਜਿਹੜੇ ਨੇ ਕਹਿੰਦੇ ਨੇ ਕਿ ਹੱਕਾਂ ਦੀ ਲੜਾਈ ਲੜ ਰਹੇ ਆ ਅੱਛਾ ਕਿਵੇਂ ਦੇਖੀਏ ਅੱਜ 6ਵੀਂ ਰਾਤ ਸ਼ੁਰੂ ਹੋ ਗਈ ਹੈ 6 ਦਿਨ ਬੀਤ ਗਏ ਆ ਤਾਂ ਲਗਾਤਾਰ ਸੜਕਾਂ ਤੇ ਹਾਲਾਂਕਿ ਤੁਸੀਂ ਪਹਿਲਾਂ ਹਾਲਾਂਕਿ ਤੁਸੀਂ ਪਹਿਲਾਂ ਸਾਲ ਤੋਂ ਵੱਧ ਸਮਾਂ ਜਿਹੜਾ ਹੈਗਾ ਇਸੇ ਤਰ੍ਹਾਂ ਸੜਕਾਂ ਤੇ ਬਤਾਇਆ ਪਰ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਗੇ ਵੇਖੋ ਜੀ ਜਿਹੜਾ ਇਹ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਦੋਨੇ ਲੜਿਆ ਸੀ ਹੱਤ ਦੀ ਗਰਮੀ ਹੱਤ ਦੀ ਠੰਡੇ ਲੜਿਆ ਕਾਲੇ ਕਾਨੂੰਨ ਮੋਦੀ ਨੇ ਵਾਅਦਾ ਕੀਤੇ ਹੁਣ ਕੀਆ ਉਲਟਾ ਰਾਹ ਬਣਾ ਕੇ ਉਹਨਾਂ ਨੂੰ ਫੇਰ ਲਾਗੂ ਕਰਨ ਲਿਆਵਾ ਜਿਹੜਾ ਸਾਡੀਆਂ ਮੰਗਾਂ ਕੀ ਆ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਏ ਐਮਐਸਸੀ ਦੇ ਤਿੰਨਾਂ ਫਸਲਾਂ ਦੇ ਗਾਰੰਟੀ ਕੀਤੀ ਜਾਏ ਲਖੀਨਪੁਰ ਖਰੀਦ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਬਿਜਲੀ ਐ ਤੇ ਜਿਹੜਾ ਉਹ ਰੱਦ ਕੀਤਾ ਹੈ ਜਿਤਨਾ ਪ੍ਰਾਈਸ ਦੇ ਮੁੱਦੇ ਆ ਹੋਰ ਇਹ ਸਾਡੀਆਂ ਜਿਆਦੀਆਂ ਮੰਗਾਂ ਨੇ ਤਕਰੀਬਨ 8 ਮੰਗਾ ਵਾ 8 ਮੰਗਾਂ ਤੇ ਸਾਡੀ ਸਹਿਮਤੀ ਬਣ ਗਈ ਸਿਰਫ 2 ਮੰਗਾਂ ਤੇ ਗੁੱਲੀ ਅੜੀ ਆ ਸਿਰਫ ਕਰਜ਼ੇ ਤੇ ਦਾ ਐਮ ਐਫ ਸੀ ਤੇ ਲੜੀ ਆ ਪਰ ਅਸੀਂ ਮੋਦੀ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਤੇ ਖੱਟਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਤੁਸੀਂ ਕਿਹੜੀ ਬਾਗ ਦੀ ਮੂਲੀ ਜੇ ਅਸੀਂ ਵਧਾਂਗੇ ਜਿੰਨੇ ਮਰਜੀ ਸਾਡੇ ਮਾਰ ਲਿਓ ਜ਼ਖਮੀ ਕਰ ਲਿਓ ਜਿੰਨੇ ਮਰਜੀ ਆ ਜਿਹੜੇ ਬੰਬ ਤੁਸੀਂ ਗਾਇਆ ਥੁਰੇ ਚਲਾਉਣ ਦੇ ਜੇ ਬਹੁਤ ਤੁਹਾਡੀ ਗਲਤ ਗੱਲ ਆ ਸਾਨੂੰ ਪਤਾ ਮੈਂ 20 ਸਾਲ ਫੌਜ ਨੌਕਰੀ ਕੀਤੀ ਆ ਮੇਰਾ ਬੱਚਾ ਵੀ ਇੱਥੇ ਆਇਆ ਉਹਨੇ ਵੀ 18 ਸਾਲ ਫੌਜ ਨੌਕਰੀ ਕੀਤੀ ਆ ਉਹ ਵੀ ਇੱਥੇ ਆਇਆ ਵਾ ਪਰ ਅਸੀਂ ਇਹੋ ਜੇ ਕੰਮ ਨਹੀਂ ਕਿਤੇ ਵੇਖੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਫੌਜ ਦੀ ਨੌਕਰੀ ਪਹਿਲਾਂ ਕਰਦੇ ਰਹੇ ਆ ਬਾਰਡਰ ਦੇ ਹਾਲਾਤ ਤੇ ਇਹ ਅੰਦਰੂਨੀ ਬਾਰਡਰ ਦੇ ਹਾਲਾਤ ਦੋਨਾਂ ਨੂੰ ਕੰਪੇਅਰ ਕਰੀਏ ਤਾਂ ਜੋ ਕੁਝ ਜਿਵੇਂ ਦਾ ਚੱਲ ਰਿਹਾ ਕੀ ਇਸ ਤਰ੍ਹਾਂ ਦੀ ਤਸਵੀਰ ਕਦੇ ਤੁਸੀਂ ਦੇਖੀ ਆ ਜਾਂ ਬਾਰਡਰ ਤੇ ਹਾਲਾਤ ਜ਼ਿਆਦਾ ਚੁਣੌਤੀ ਵਾਲੇ ਸੀ ਕਿ ਇੱਥੇ ਆਪਦੇ ਜਿਹੜਾ ਹੈਗਾ ਆਪਦੀ ਅੰਦਰੂਨੀ ਲੜਾਈ ਦੇ ਵਿੱਚ ਹਾਲਾਤ ਜਿਆਦਾ ਚੁਣੌਤੀ ਵਾਲੇ ਆ। ਵੇਖੋ ਜੀ ਜਿੰਨੇ ਅਸੀਂ ਲੜਾਈਆਂ ਲੜੀਆਂ ਵਾ ਹੁਣ ਵੀ ਪਾਕਿਸਤਾਨ ਦੀ ਬਾਰਡਰ ਤੇ ਵੇਖ ਲਓ ਸਿਰਫ ਇੱਕ ਤਾਰ ਲੱਗੀ ਨਾਰਮਲ ਜਿਹੜੀ ਕਾਲਗਲ ਜਿਹੜੀ ਲੜਾਈ ਅਸੀਂ ਪਿਓ ਪੁੱਤ ਉੱਥੇ ਹਾਂ 21 ਸਿੱਖ ਦੇ ਵਿੱਚ ਉੱਥੇ ਵੀ ਇਹੋ ਜਿਹੇ ਹਾਲਾਤ ਨਹੀਂ ਬਣੇ। ਠੀਕ ਉੱਥੇ ਬੰਬ ਵਾ ਵਰਦੇ ਹੈ ਇਧਰੋਂ ਦੂਸਹੀਵੇਂ ਮਹਮਲਾ ਕਰਦੇ ਹਾਂ ਪਰ ਆਹ ਹਾਲਾਤ ਨਹੀਂ ਬਣੇ। ਅਸੀਂ ਆਂਦੇ ਹਾਂ ਮੋਦੀ ਸਾਹਿਬਾਂ ਅਸੀਂ ਤੁਹਾਡੇ ਦੇਖਦੇ ਭਾਰਤ ਦੇ ਆਂ ਇੰਡੀਆ ਦੇ ਆਂ। ਸਭ ਕੋ ਜਿਹੇ ਤੁਹਾਡੇ ਆਂ ਹੀ ਖਾਸਤਾਨ ਨੇ ਨਹੀਂ ਹੱਤਵਾਦੀ ਨਹੀਂਗੇ ਤਾਂ ਹੀ ਤੁਹਾਡੇ ਵਾਲਾ ਹੁੰਦੇ ਆਂ ਪਰ ਆ ਇੱਕ ਬੰਨੇ ਪਾਸਤਾਨ ਵਾਲ ਤਾਰਾਂ ਲਾਈਆਂ ਇੱਕ ਬੰਨੇ ਖੱਟਰ ਸਾਹਮਣੇ ਆ ਲਾਈਆਂ ਵਾ ਮੈਂ ਇਹ ਵੀ ਮੋਦੀ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਮੋਦੀ ਸਾਹਿਬ ਤੁਸੀਂ ਤੁਸੀਂ ਪਿਓ ਪੁੱਤਾਂ ਨੇ ਕਰਗਲ ਦੀ ਲੜਾਈ ਲੜੀ ਹੋਈ ਹੈ ਜੈ ਸਜੈ ਸਾਹ ਜੀ ਦੋਵਾਂ ਪਿਓ ਪੁੱਤਾਂ ਨੇ 21 ਸਖ ਜਾਂ ਹੀ ਲੜਾਈ ਲੜੀ ਆ ਮੇਰਾ ਬੱਚਾ ਵੀ ਹੁਣ ਇੱਥੇ ਅਸੀਂ ਲੜਾਈ ਇਕੱਠੇ ਪਿਓ ਪੁੱਤ ਤੁਸੀਂ ਬੋਲ ਸੀ ਇਕੱਠੇ ਨੇ ਉਹ ਲੜਾਈ ਲੜੀ ਸਾਲਿਆ ਹਾਂ ਫਿਰ ਹੁਣ ਇੱਥੇ ਅਸੀਂ ਆਏ ਆ ਕਿੱਥੇ ਵੀ ਪੁੱਤ ਇਕੱਠੇ ਲੜਦੇ ਨਹੀਂ ਇਕੱਠੇ ਆ ਯਾਰ ਸਾਡੀ ਲੜਾਈ ਆ ਸਾਡੀ ਜ਼ਮੀਨਾਂ ਦੀ ਸਾਡੀ ਨੌ ਜਮਾਨੇ ਦੀ ਲੜਾਈ ਆ ਮੋਦੀ ਸਾਹਿਬ ਜੇ ਕੰਮ ਕਰਨਾ ਜੇ ਭਗਵਾਨ ਤੁਮਾਰਸਿਆਂ ਖੱਟਰ ਸਾਹਿਬ ਨਸ਼ਾ ਪੰਜਾਬ ਚ ਬੰਦ ਕਰੋ ਜਿਹੜੀ ਤੁਹਾਡੇ ਹਾਕਵਾ ਜਿਹੜਾ ਮਹਾਰਾਜਾ ਰਣਜੀਤ ਸਿੰਘਾ ਉਹਦਾ ਰਾਜ ਹੀ ਅਸਲੀ ਆਜ ਅੱਤਵਾਦੀ ਕੌਣ ਆ ਮੋਦੀ ਅੱਤਵਾਦੀ ਕਿਉਂ ਅੱਤਵਾਦੀ ਇਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਕੈਪਚਰ ਕੀਤਾ ਵਾ ਉਹਨੂੰ ਰਾਈਟ ਕੀਤਾ ਵਾ ਜਿੰਨੇ ਕਰਜ਼ੇ ਮਾਫ ਕਰਾਉਂਦਾ ਉਹਨਾਂ ਦੇ ਕਰਾਉਂਦਾ ਵਾ ਤੇ ਸਾਡੇ ਬੱਲੇ ਕੱਖ ਨਹੀਂ ਪਾਉਂਦੇ ਆਹੀਂ ਇਹ ਕਹਿੰਦੇ ਆ ਅੱਜ ਦੀ ਰਾਤ ਹੈਗੀ ਆ ਪਹਿਲੀ ਤੇ ਗੱਲ ਮੈਂ ਹੱਥ ਜੋੜਦਾ ਸੱਚੇ ਪਾਤਸ਼ਾਹ ਮੀਟਿੰਗ ਜੇ ਹੱਲ ਹੋ ਜੇ ਸਾਡੇ ਨੌਜਵਾਨਾਂ ਦੀਆਂ ਜਾਨਾਂ ਨਾ ਜਾਣ ਜੇ ਕਿਦੇ ਅੱਜ ਮੀਟਿੰਗ ਟੁੱਟ ਗਈ ਨਾ ਹੱਲ ਹੋਇਆ ਸ਼ਾਇਦ ਕੱਲ ਨੂੰ ਤਿਆਰੀ ਹੋ ਜੇ ਨਹੀਂ ਤਾਂ ਪਰਸੋਂ ਨੂੰ ਪੱਕੀ ਤਿਆਰੀ ਆ ਜਾਵਾਂਗੇ ਜਿੰਨੇ ਮਰਜੀ ਕਟਰ ਸਾਹਿਬ ਮੋਦੀ ਸਾਹਿਬ ਸਾਡੇ ਮਾਰ ਲਿਓ ਜਿੰਨੇ ਮਰਜੀ ਆਪਣੇ ਜ਼ਖਮੀ ਕਰ ਲਿਓ ਤੇ ਜਿੰਨੇ ਮਰਜੀ ਸ਼ਹੀਦ ਕਰ ਲਿਓ ਅਸੀਂ ਘਰ ਆ ਜੇ ਕਿ ਦੱਸ ਕੇ ਆਏ ਹਾਂ ਪਈ ਅਸੀਂ ਅੱਜ ਖੜੇ ਕਰਕੇ ਆਏ ਆ ਜੇ ਤੇ ਅਸੀਂ ਜਿੱਤ ਗਏ ਤੇ ਘਰ ਨੂੰ ਵਾਪਸ ਆ ਜਾਾਂਗੇ ਜੇ ਕਿਤੇ ਨਾ ਜਿੱਤੇ ਤੇ ਇੱਥੇ ਸ਼ਹੀਦ ਹੋ ਜਾਾਂਗੇ ਮੈਂ ਪਿੰਡ ਦੇ ਲੋਕਾਂ ਨੂੰ ਆਪਣਿਆਂ ਨੂੰ ਜਿਹੜੇ ਪਿੱਛੇ ਰਹਿ ਗਿਆ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵਾਂ ਤੇ ਆਪਣੇ ਹਾਰ ਬਣਾ ਲਓਸ ਆਪਣੇ ਹਾਰ ਬਣਾ ਲਓ ਹਰ ਘਰ ਚ ਹਾਰ ਬਨਣਾ ਚਾਹੀਦਾ ਵਾ ਜੇ ਤੇ ਅਸੀਂ ਜਿੱਤ ਕੇ ਆ ਗਏ ਸਾਡੇ ਗਲਾਂ ਚ ਪਾ ਦਿਓ ਜੇ ਆਂ ਕਿਹਦੇ ਨਾਂ ਜਿੱਤੇ ਜੇ ਸ਼ਹੀਦ ਹੋ ਗਏ ਤਾਂ ਸਾਡੀਆਂ ਫੋਟੋਆਂ ਦੇ ਪਾ ਦਿਓ ਅਸੀਂ ਉਤਰਾਂ ਨਹੀਂ ਮੁੜਨ ਵਾਲੇ ਅਸੀਂ ਜਿਹੜੇ ਅੱਜ ਜਿਹੜੇ ਕਮਾਂਡਵਾ ਸਰਨ ਸਿੰਘ ਪਧੇਰਾ ਤੇ ਡੱਲੇਵਾਲ ਦੀ ਕਮਾਂਡਵਾ ਉਹ ਆ ਲੋਕ ਆ ਜਿਹੜੇ ਲੜਾਈ ਲੜਦਿਆ ਪੂਰੇ ਵਰਲਡ ਦੀ ਲੜਾਈ ਸਾਡੀ ਕੱਲਿਆਂ ਦੀ ਲੜਾਈ ਨਹੀਂ ਜੇ ਕਿਤੇ ਐਮਐਫਸੀ ਤੇ ਗਾਰੰਟੀ ਮਿਲ ਗਈ ਪੂਰੇ ਵਰਲਡ 'ਚ ਵਕਤ ਪੈਣਾ ਸਾਰਿਆਂ ਸਰਕਾਰਾਂ ਨੂੰ ਤਾਂ ਇਹ ਕਹਿੰਦੇ ਨੇ ਜੀ ਕਿ ਪਿਓ ਪੁੱਤ ਸਾਬਕਾ ਫੌਜੀ ਨੇ ਪਿਓ ਪੁੱਤ ਪਹਿਲਾਂ ਕਰਗਿਲ ਦੀ ਲੜਾਈ ਲੜੀ ਪਰ ਹੁਣ ਇੱਥੇ ਕਿਸਾਨੀ ਦੀ ਲੜਾਈ ਲੜਨੀ ਪੈ ਰਹੀ ਹੈ ਇਹ ਤਸਵੀਰਾਂ ਨੇ ਕਿਵੇਂ ਇੱਥੇ ਇਸੇ ਤਰ੍ਹਾਂ ਦੂਰ ਤੱਕ ਤੁਹਾਡੀ ਕਿਹ ਕਿਲੋਮੀਟਰ ਤੱਕ ਨਜ਼ਰ ਜਾਏਗੀ ਤਾਂ ਤੁਹਾਨੂੰ ਇਸੇ ਤਰ੍ਹਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਟਰਾਲੀਆਂ ਦੇ ਘਰ ਤੁਹਾਨੂੰ ਨਜ਼ਰ ਆਉਣਗੇ ਕਿਸਾਨ ਸੜਕਾਂ ਰੂਪ ਇਸ ਵਿਹੜੇ 'ਚ ਫਿਰਦੇ ਨਜ਼ਰ ਆਉਣਗੇ ਕਿਉਂਕਿ ਅੱਜ ਇਹ ਸੜਕਾਂ ਨਹੀਂ ਅੱਜ ਇਨ੍ਹਾਂ ਕਿਸਾਨਾਂ ਦਾ ਘਰ ਬਣ ਗਿਆ ਤੇ ਉਹਨਾਂ ਦੇ ਘਰ ਦਾ ਵਿਹੜਾ ਇਹੀ ਸੜਕਾਂ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਔਰ ਸਭ ਤੋਂ ਹਰਤੇ ਜਿਸ ਤਰ੍ਹਾਂ ਕਿਸਾਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਲੜਾਈ ਜਿੱਤਣ ਆਏ ਆ ਤੇ ਜਿੱਤ ਕੇ ਹੀ ਪਰਤਣਾ ਤਾਂ ਫਲਹਾਲ ਅੱਜ ਦੀ ਮੀਟਿੰਗ ਤੋਂ ਬਹੁਤ ਆਸਾਂ ਨੇ ਕਹਿੰਦੇ ਨੇ ਕਿ ਮੀਟਿੰਗ ਤੋਂ ਬੜੀ ਆਸ ਆ ਚੰਗੀ ਗੱਲਬਾਤ ਹੋਵੇ ਮਸਲੇ ਦਾ ਹੱਲ ਹੋ ਜੇ ਤੇ ਜੇ ਕਿਧਰੇ ਮਸਲੇ ਦਾ ਹੱਲ ਕਹਿੰਦੇ ਨੇ ਨਹੀਂ ਹੁੰਦਾ ਤਾਂ ਫਿਰ ਹਰ ਹਾਲ ਦਿੱਲੀ ਜਾਵਾਂਗੇ ਤਾਂ ਇਹ ਟਰਾਲੀਆਂ ਤੁਸੀਂ ਨਜ਼ਰ ਮਾਰੋ ਦੂਰ ਤੱਕ ਇਹ ਟਰਾਲੀਆਂ ਕਹਿੰਦੇ ਨੇ ਕਿ ਦਿੱਲੀ ਵੱਲ ਨੂੰ ਸਿੱਧੀਆਂ ਕਰਾਂਗੇ ਦਿੱਲੀ ਨੂੰ ਟਰੈਕਟਰ ਟਰਾਲੀਆਂ ਜਾਣਗੇ ਬੂ ਫਿਲਹਾਲ ਦਿੱਲੀ ਵੱਲ ਨੂੰ ਆ ਬਜ਼ੁਰਗ ਕਿਸਾਨ ਪੈਰੋ ਜੀ ਪੈਰੋ ਅੱਪ ਜੀ ਪੈਰੋ ਪੈਰੋ ਬਾਪੂ ਪੈਰੋ ਪੂਰਾ ਦਿਨ ਥਾਗਾਂ ਬਗੇ ਹੁਣ ਆਰਾਮ ਕਰ ਰਹੇ ਹਾਂ ਹਾਂਜੀ ਅੱਛਾ ਉੱਥੇ ਮੀਟਿੰਗ ਚੱਲੀ ਜਾਂਦੀ ਹੈ ਜੀ ਮੀਟਿੰਗ ਤੋਂ ਕਿੰਨੀਆਂ ਕਸਾਂ ਆਸਾਂ ਦੇ ਕੋਈ ਨਹੀਂ ਜੀ ਅੱਗੇ ਵੀ ਨਹੀਂ ਹੋਈਆਂ ਤੇ ਹੁਣ ਵੀ ਨਹੀਂ ਕੋਈ ਆਸ ਤੈਨੂੰ ਅੱਛਾ ਕੀ ਲੱਗਦਾ ਜੀ ਮਸਲੇ ਦਾ ਹੱਲ ਕਿਵੇਂ ਹੋਊਗਾ ਫਿਰ ਮਸਲੇ ਦਾ ਹੱਲ ਫਿਰ ਵੇਖੋ ਹੁਣ ਸਿੱਧੇ ਨਾ ਇੱਥੋਂ ਗਏ ਤੇ ਫਿਰ ਦਿੱਲੀ ਦੀਆਂ ਤਿਆਰੀਆਂ ਹੁਣ ਕਿੰਨਾ ਚਿਰ ਸੜਕਾਂ ਤੇ ਸੋਣਾ ਪੂ ਫਿਰਦਾ ਵੇਖੋ ਅੱਗੇ ਤੇ 13 ਮਹੀਨੇ ਬਹਾਲਿਆ ਹੁਣ ਕਿੰਨੇ ਚਿਰ ਭਲਦੇ ਜਿੰਨਾ ਚਿਰ ਭਾਲਣਗੇ ਉੰਨਾ ਚਿਰ ਬਹਿਣਾ ਪਊਗਾ ਤਾਂ ਕੇਂਦਰੀ ਜੀ ਦਾ ਤਜਰਬਾ ਅੱਗੇ 13 ਮਹੀਨੇ ਸੜਕਾਂ ਤੇ ਟਰਾਲੀਆਂ ਚ ਸੁੱਤੇ ਹੁਣ ਦੇਖਦੇ ਆ ਕਿੰਨਾ ਚਿਰ ਸੋਣਾ ਪੈਣਾ ਦੂਰ ਤੱਕ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਇਹੀ ਤਸਵੀਰਾਂ ਨਜ਼ਰ ਆਉਣਗੀਆਂ ਕਈ ਕਿਲੋਮੀਟਰ ਤੱਕ ਤੁਹਾਨੂੰ ਟਰਾਲੀਆਂ ਨੂੰ ਜਿਹੜੇ ਘਰ ਨੇ ਉਹ ਨਜ਼ਰ ਆਉਣਗੇ ਸੜਕ ਰੂਪੀ ਕਰਦਾ ਵਿੜਾ ਨਜ਼ਰ ਆਏਗਾ ਰਸਦ ਪਾਣੀ ਰਾਸ਼ਨ ਪਾਣੀ ਇੱਧਰ ਨਜ਼ਰ ਮਾਰ ਲਓ ਹਰ ਪ੍ਰਬੰਧ ਕੀਤਾ ਹੋਇਆ ਇੱਧਰ ਗੈਸ ਚੁੱਲ੍ਹੇ ਇੱਧਰ ਪਾਣੀ ਦੀਆਂ ਬੋਤਲਾਂ ਲੰਗਰ ਦੇ ਲਈ ਲੰਗਰ ਲਾਇਆ ਗਿਆ ਇੱਧਰ ਤਸਵੀਰ ਨਜ਼ਰ ਮਾਰ ਲਓ ਟਰਾਲੀਆਂ ਦੇ ਥੱਲੇ ਕਿਸਾਨ ਪਏ ਨੇ ਟਰਾਲੀਆਂ ਦੇ ਉੱਤੇ ਜਿਹੜੀਆਂ ਛੱਤਾਂ ਨੇ ਉਹ ਤਰਪਾਲਾਂ ਦੀਆਂ ਨੇ ਇਹ ਬਾਪੂ ਜੀ ਹੋਣੀ ਟਰਾਲੀ ਦੇ ਥੱਲੇ ਬਿਸਤਰਾ ਲਾ ਕੇ ਪਏ ਨੇ ਤਾਂ ਇਸੇ ਤਰ੍ਹਾਂ ਦੀਆਂ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਅੱਗੇ ਲੈ ਚੱਲਦੇ ਆਂ ਅੱਗੇ ਨਜ਼ਰ ਮਾਰਾ ਦਿੰਦੇ ਆਂ ਕਿ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਆਹ ਟਰਾਲੀ ਨਜ਼ਰ ਮਾਰ ਲਓ ਲਾਈਟ ਜਾਗ ਰਹੀ ਐ ਔਰ ਤਰਪਾਲ ਦੀ ਛੱਤ ਇਸ ਟਰਾਲੀ ਦੀ ਇਸੇ ਤਰ੍ਹਾਂ ਸਾਰੀਆਂ ਟਰਾਲੀਆਂ ਨੂੰ ਇਸੇ ਤਰ੍ਹਾਂ ਘਰਾਂ ਦਾ ਕਮਰਿਆਂ ਦਾ ਰੂਪ ਦਿੱਤਾ ਗਿਆ ਹਾਲਾਂਕਿ ਕਿਸਾਨ ਕਹਿੰਦੇ ਨੇ ਕਿ ਪਿਛਲੀ ਵਾਰ ਗੱਲ ਨਵੀਂ ਸੀ ਪਰ ਹੁਣ ਤਜਰਬਾ ਹੋ ਗਿਆ ਤਾਂ ਦੂਰ ਤੱਕ ਜਿੱਥੋਂ ਤੱਕ ਤੁਹਾਨੂੰ ਅਸੀਂ ਲੈ ਚਲੀਏ ਇਸੇ ਤਰ੍ਹਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਫਿਲਹਾਲ ਕਿਸਾਨ ਕਹਿੰਦੇ ਨੇ ਕਿ ਗੱਲਬਾਤ ਦੇ ਰਹੀ ਮਸਲੇ ਦਾ ਹੱਲ ਹੋ ਜੇ ਇਸੇ ਦੀ ਆਸ ਕਰਦੇ ਨੇ ਇਹੀ ਆਸ ਅਸੀਂ ਵੀ ਕਰਦੇ ਹਾਂ ਕਿ ਗੱਲਬਾਤ ਦੇ ਰਹੀ ਮਸਲੇ ਦਾ ਹੱਲ ਹੋ ਜਾਏ ਪਰ ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਕਿਧਰੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਦਿੱਲੀ ਨੂੰ ਕੂਚ ਹਰ ਹਾਲ ਕਰਾਂਗੇ ਸਾਡੀ ਪੂਲ ਤਿਆਰੀ ਹੈ ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਸ਼ੰਭੂ ਬੇਰੀਅਰ